ਬੌਨ ਵਿੱਚ ਵਿਦਿਆ ਬਾਲ ਭਵਨ ਬ੍ਰਾਂਚ ਕੁਰਾਲੀ ਵਿਖੇ ਸਕੂਲੀ ਬੱਚਿਆਂ ਦਾ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਛੋਟੇ ਛੋਟੇ ਬੱਚਿਆਂ ਨੇ ਬਹੁਤ ਹੀ ਖੂਬਸੂਰਤ ਡਾਂਸ ਆਈਟਮਾਂ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਪ੍ਰੋਗਰਾਮ ਪੇਸ਼ ਕਰਕੇ ਖੂਬ ਵਾਹ ਵਾਹ ਵਟੋਰੀ। ਨਮਸਕਾਰ ਜੀ, ਮੈਂ ਪੀ ਐਨ ਰਮਣਨ, ਡਾਇਰੈਕਟਰ ਬੌਨ ਵਿੱਚ ਵਿਦਿਆ ਭਵਨ। ਹਮੇਂ ਸਭ ਪਹਿਲੇ ਮੈਂ ਆਜ ਜੋ ਰਿਪਬਲਿਕ ਡੇ ਕੀ ਹਮਾਰੇ ਜੋ ਆਜ ਜੋ ਪੇਰੈਂਟਸ ਹੈ ਔਰ ਜੋ ਮੇਰੀ ਟੀਚਰਸ ਹੈ, ਮੇਰੇ ਜੋ ਬੱਚੇ ਹੈ ਔਰ ਇਹ ਸਾਰੇ ਕੁਲਾਲ ਗਾਓ ਕੀ ਸਾਰੇ ਔਰ ਸਾਰੇ ਦੇਸ਼ ਵਾਸੀਓਂ ਕੋ ਮੁਬਾਰਕਬਾਦ ਦੇਣਾ ਚਾਹਤਾ ਹੂੰ। ਔਰ ਹਮੇ ਬੌਨ ਵਿੱਚ ਕੀ ਜੋ ਬ੍ਰਾਂਚ ਹੈ, ਆਜ ਹਮ ਕੁਲਾਲ ਪਿੰਡ ਮੇ ਜੋ ਸਮਰਾਲਾ ਡਿਸਟ੍ਰਿਕਟ ਮੇ ਆਜ ਹਮਨੇ ਸ਼ੁਰੂ ਕਰ ਰਹੇ ਔਰ ਇਸ ਇਲਾਕੇ ਮੇ ਕੋਈ ਅੱਛੇ ਸਕੂਲ ਨਹੀਂ ਹੈ ਔਰ ਹਮ ਹਮਾਰੀ ਕੋਸ਼ਿਸ਼ ਇਹ ਹੋਗੇ ਇਹ ਜੋ ਹਮਾਰੀ ਸਕੂਲ ਹੈ ਇਸ ਇਲਾਕੇ ਕੇ ਸਭਸੇ ਬੈਸਟ ਸਕੂਲ ਮਾਨਾ ਜਾਏ ਔਰ ਉਸੀ ਹਿਸਾਬ ਸੇ ਹਮ ਕੋਸ਼ਿਸ਼ ਕਰੇਂਗੇ ਔਰ ਹਮ ਸਾਰੇ ਜੋ ਹੈ ਇਹ ਜੋ ਆਸ ਪਾਸ ਕੀ ਗਾਓ ਕੀ ਹੈ ਜੋ ਇਧਰ ਕੇ ਸਭੀ ਲੋਕ ਹੋਗੇ ਜੋ ਉਨਕੀ ਸਪੋਰਟ ਚਾਹਤਾ ਹੂੰ ਹਮੇ ਔਰ ਕਿਉਂਕਿ ਹਮ ਜੈਸੇ ਲੁਧਿਆਣੇ ਸਕੂਲ ਚਲਾ ਰਹੇ ਉਸੇ ਬੈਟਰ ਸਕੂਲ ਹਮ ਇਧਰ ਚਲਾ ਜਾ ਪਾਏਂਗੇ ਔਰ ਮੈਂ ਇਸ ਮੌਕੇ ਪੇ ਸਾਰੇ ਮੇਰੇ ਜੋ ਹੈ ਪੇਰੈਂਟਸ ਕੋ ਔਰ ਮੇਰੀ ਸਟਾਫ ਕੋ जो धन्यवाद करना चाहता हूँ। जो मैं बॉर्न वेज की अध्यापिका आप सबको गणतंत्र दिवस के इस मौके पर हार्दिक अभिनंदन करती हूँ। हमारे बॉर्न वेज का मुख्य उद्देश्य है सर्व शिक्षा अभियान की तरह सभी को शिक्षा का अधिकार मिले, जन जन को पढ़ाओ, देश बढ़ाओ, यही हमारा नारा रहेगा। और इस 69वें संविधान, जिस दिन संविधान बना है, इस संविधान सभा ने जिस संविधान को घोषित किया, हमारे मौलिक अधिकारों और कर्तव्यों को हमें बताया, उसी में एक हमारा मुख्य कर्तव्य है शिक्षा को बढ़ाना। और इसके लिए हम बहुत सारे पूरा का पूरा स्टाफ इस काम के लिए अग्रणी और अग्रसर है। आपका हार्दिक धन्यवाद करते हैं। लुधियाना तो राकेश गर्ग की रिपोर्ट, चैनल 2।